ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬੜੀ ਹੈਪੀ ਸਮਰ, ਕਿਉਂਕਿ ਬਹੁਤ ਅੱਛਾ ਮੌਸਮ ਸਾਰੇ ਪਾਸੇ ਹੈਗਾ ਐਂਡ ਸਪੈਸ਼ਲੀ ਨੌਰਥ ਵਿੱਚ ਜਿੱਥੇ ਅਸੀਂ, ਸਾਨੂੰ ਇੰਨੀ ਠੰਡ ਦੇ ਮੌਸਮ ਲੰਬਾ ਹੋ ਜਾਂਦਾ, ਮਹੀਨੇ ਬੜੇ ਜ਼ਿਆਦਾ ਹੋ ਜਾਂਦੇ ਹੈ, ਅਤੇ ਸਾਰਿਆਂ ਨੂੰ ਇੱਕ ਮੌਕਾ ਮਿਲਿਆ ਵੀ ਬਾਹਰ ਨਿਕਲੋ, ਧੁੱਪ ਸੇਕੋ ਸੇਕੋ ਨਹੀਂ ਮਤਲਬ ਯੂ ਨੋ ਐਟਲੀਸਟ ਥੋੜ੍ਹੀ ਵਾਈਟਮਿਨ ਡੀ ਦੀ ਸੋਰਸ ਤਾਂ ਬਣਿਆ ਹੋਇਆ ਨਾ ਕਿ ਹੈਗਾ, ਥੋੜ੍ਹਾ ਨਿਕਲੋ ਵਾਕ ਕਰੋ। ਖੂਬ ਬਾਰਬੀਕਿਊਜ਼, ਫਰੈਂਡਸ ਗੈਟ ਟੂਗੈਦਰਸ ਹੋ ਰਹੀਆਂ, ਸੋ ਆਈ ਹੋਪ ਯੂ ਆਲ ਆਰ ਇੰਜੋਇੰਗ ਦਿਸ ਸਮਾਂ। ਅਸੀਂ ਵੀ ਸਾਰੇ ਬਹੁਤ ਇੰਜੋਏ ਕਰ ਰਹੇ ਹਾਂ ਨਿਊਯਾਰਕ ਦੇ ਵਿੱਚ। ਹੋ ਉਮੀਦ ਕਰਦੇ ਹਾਂ ਸਾਰੇ ਪਾਸੇ ਯੂ ਨੋ ਤੁਸੀਂ ਸਾਰੇ ਬਹੁਤ ਯੂ ਆਰ ਇੰਜੋਇੰਗ ਟੂ। ਜਦੋਂ ਅਸੀਂ ਬਹੁਤ ਇਹ ਮੌਸਮ ਖੁੱਲ੍ਹ ਜਾਂਦਾ ਤਾਂ ਬੜੇ ਸਾਰੇ ਕੰਮ ਹੈ ਜਿਹੜੇ ਯੂ ਨੋ ਜਿਨ੍ਹਾਂ ਦਾ ਕਹਿੰਦੇ ਹਾਂ ਪੀਕ ਸੀਜ਼ਨ ਸ਼ੁਰੂ ਹੋ ਜਾਂਦਾ। ਸੋ ਜਿਹੜੇ ਸਾਨੂੰ ਅੱਜ ਜਿਨ੍ਹਾਂ ਨੇ ਰੀਚ ਆਊਟ ਕੀਤਾ, ਉਹਨਾਂ ਦਾ ਵੀ ਕਹਿੰਦੇ ਨੇ ਕਿ ਸੀਜ਼ਨ ਹੈ ਕੰਮ ਦਾ। ਸੋ ਕਿ ਮੈਂ ਬਹੁਤ ਇਸ ਵੇਲੇ ਪਰੇਸ਼ਾਨ ਹਾਂ ਕਿਉਂਕਿ ਸੀਜ਼ਨ ਹੈ ਔਰ ਮੈਂ ਕੰਮ ਕਰ ਨਹੀਂ ਪਾ ਰਿਹਾ, ਮਤਲਬ ਉਸ ਐਫੀਸ਼ੀਐਂਸੀ ਨਾਲ ਨਹੀਂ ਕਰ ਰਿਹਾ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ। ਮੈਂ ਬਹੁਤ ਡਿਪਰੈਸਡ ਹਾਂ। ਸੋ ਮੈਨੂੰ ਇੰਝ ਲੱਗ ਰਿਹਾ ਕਿ ਇਹਨਾਂ ਦੀ ਜਿਹੜੀ ਈਮੇਲ ਹੈਗੀ ਹੈ, ਮੈਂ ਕੋਸ਼ਿਸ਼ ਕੀਤੀ ਕਿ ਫੋਨ 'ਤੇ ਗੱਲ ਹੋ ਸਕੇ, ਨਹੀਂ ਹੋਈ। ਈਮੇਲ ਉਹਨਾਂ ਨੇ ਕਾਫੀ ਲਿਖੀ ਹੈ, ਇੰਗਲਿਸ਼ ਵੀ ਵਧੀਆ ਹੀ ਲੱਗ ਰਹੀ ਹੈ, ਬਟ ਜਿਹੜਾ ਆਪਣੇ ਆਪ ਨੂੰ ਦੱਸ ਰਹੇ ਨੇ ਕਿ ਜ਼ਿਆਦਾ ਪੜ੍ਹੇ ਨਹੀਂ ਹੋਏ, ਇੱਥੇ ਨਹੀਂ ਪੜ੍ਹੇ ਹੋਏ ਜ਼ਿਆਦਾ, ਦੋ ਕਲਾਸਾਂ ਕਹਿੰਦੇ ਨੇ ਗਿਆ, ਮਿਡਲ ਸਕੂਲ ਦੇ ਟਾਈਮ ਦੇ ਨੇੜੇ ਕਿਤੇ ਇੱਥੇ ਆ ਗਏ ਸੀ। ਹੁਣ ਇਸ ਵੇਲੇ 28 ਸਾਲ ਦੇ ਨੇ, ਬਟ ਜਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਸਾਰੇ ਗੱਲ ਕਰ ਰਹੇ ਹੈ, ਕਿਤੇ ਕੰਮ ਦੇ ਵਿੱਚ ਉਹਨਾਂ ਨੇ ਸਾਡਾ ਪ੍ਰੋਗਰਾਮ ਦੇਖਿਆ, ਕਿਸੇ ਨਾਲ ਗੱਲ ਕੀਤੀ, ਪਤਾ ਲੱਗਿਆ ਕਿ ਅਸੀਂ ਇੰਝ ਯੂ ਨੋ ਗੱਲ ਕਰਦੇ ਹਾਂ, ਸਾਰਿਆਂ ਨੂੰ ਪੁੱਛਦੇ ਹਾਂ, ਅਤੇ ਰੀਚ ਆਊਟ ਕੀਤਾ। ਦੈਟਸ ਵਾਟ ਹੀ ਇਜ਼ ਟੈਲਿੰਗ ਮੀ। ਖਾਸ ਤੌਰ 'ਤੇ ਇਹ ਕਹਿ ਰਹੇ ਹਾਂ ਕਿ ਆਈ ਐਮ ਇਨ ਅ ਮੈਸ, 28 ਈਅਰ ਓਲਡ, ਆਈ ਵਿਸ਼ ਆਈ ਵਾਜ਼ ਮੈਰਿਡ, ਆਈ ਵਿਸ਼ ਆਈ ਹੈਡ ਅ ਗਰਲਫ੍ਰੈਂਡ, ਆਈ ਵਿਸ਼ ਕਿ ਮੇਰੇ ਉਹ ਦੋਸਤ ਹੁੰਦੇ, ਹੈਗੇ ਹੈ ਦੋਸਤ, ਪਰ ਉਹ ਦੋਸਤ ਹੁੰਦੇ ਜਿਨ੍ਹਾਂ ਦੀ ਮੈਂ ਹੈਲਪ ਲੈ ਸਕਦਾ ਟੂ ਟਰਨ ਮਾਈ ਲਾਈਫ ਅਰਾਊਂਡ। ਸੋ ਮੈਨੂੰ ਇੰਝ ਲੱਗਦਾ ਜਿਵੇਂ ਇਟਸ ਅ ਕ੍ਰਾਈ ਫੋਰ ਹੈਲਪ। ਸੋ ਇਮੀਜੀਏਟਲੀ ਮੈਂ ਇਹ ਕੇਸ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਲੈ ਆਈ। ਸੋ ਜਿਸ ਤਰ੍ਹਾਂ ਥੋੜ੍ਹਾ ਆਪਣਾ ਵੈਸੇ ਸਿਰਫ ਹੁਣ ਦੀ ਗੱਲ ਕਰ ਰਹੇ ਸੀ, ਬਟ ਮੈਂ ਫਿਰ ਪੁੱਛਿਆ ਕਿ ਤੁਸੀਂ ਕੁਛ ਪਹਿਲੇ ਦੱਸੋ, ਕਦੋਂ ਆਏ ਹੋ, ਕਿੱਥੋਂ ਆਏ ਹੋ, ਪੇਰੈਂਟਸ ਕਿੱਥੇ ਨੇ ਜਾਂ ਫੈਮਿਲੀ ਕਿੱਥੇ ਨੇ। ਸੋ ਇਹ ਸਾਰਾ ਕੁਛ ਦੱਸਣ ਦੇ ਵਿੱਚ ਪਤਾ ਲੱਗਿਆ ਕਿ ਮਿਡਲ ਸਕੂਲ ਦੇ ਅਰਾਊਂਡ ਆਏ ਸੀ, ਮਦਰ ਫਾਦਰ ਅਤੇ ਇਹ ਤਿੰਨੋਂ ਸੀਗੇ। ਫਾਦਰ ਪਹਿਲੇ ਦੇ ਆਏ ਹੋਏ ਸੀ, ਮਦਰ ਐਂਡ ਇਹ ਬਾਅਦ 'ਚ ਆਏ, ਕਿਸੀ ਯੂ ਨੋ ਰਸਤੇ ਤੋਂ ਪਹੁੰਚੇ। ਸਾਰਾ ਹੁਣ ਲੀਗਲ ਵੀ ਸਭ ਕੁਛ ਠੀਕ ਹੈ, ਇਸ ਮੂਮੈਂਟ ਦੇ ਵਿੱਚ ਲੀਗੈਲਿਟੀ ਸਾਰੀ ਹੀ ਇਜ਼ ਲੀਗਲ ਹੇਅਰ, ਗ੍ਰੀਨ ਕਾਰਡ ਹੋਲਡਰ ਨੇ, ਸਾਰਾ ਕੁਛ ਹੈਗਾ। ਬਟ ਜੋ ਪਹਿਲੇ ਦਾ ਦੱਸ ਰਹੇ ਨੇ ਕਿ ਫਾਦਰ ਬਹੁਤ ਜ਼ਬਰਦਸਤ ਅਲਕੋਹਲਿਕ ਸੀਗੇ, ਕਿ ਇੰਨਾ ਜ਼ਰੂਰ ਹੈ ਕਿ ਸਾਨੂੰ ਬੁਲਾ ਲਿਆ, ਸਾਨੂੰ ਇੱਥੇ ਸੱਦ ਲਿਆ, ਬਟ ਜਦੋਂ ਅਸੀਂ ਆ ਕੇ ਦੇਖਿਆ ਕਿ ਉਹ ਕਾਫੀ ਯੂ ਨੋ ਇੱਕ ਤਰ੍ਹਾਂ ਨਾਲ ਡਰਿੰਕਿੰਗ ਇਸ਼ੂ ਹੋ ਚੁੱਕਾ ਸੀ ਉਹਨਾਂ ਨੂੰ, ਔਰ ਫਿਰ ਵੱਧਦਾ ਚਲਾ ਗਿਆ ਸਾਡੇ ਦੇਖਦਿਆਂ ਬਹੁਤ ਕੁਛ ਥੋੜ੍ਹੇ, ਜਿਵੇਂ ਜਦੋਂ ਇਹ ਵੱਡੇ ਹੋਏ ਇੱਥੇ ਆਉਣ ਦਾ ਚਾਅ ਸੀਗਾ, ਅਤੇ ਕਹਿੰਦੇ ਨੇ ਕਿ ਮੈਂ ਵੀ ਬਿਲਕੁਲ ਪਰਵਾਹ ਨਹੀਂ ਕੀਤੀ, ਪਰ ਜੋ ਬਾਅਦ ਵਿੱਚ ਲੱਗਦਾ ਹੈ ਕਿ ਮਦਰ ਇੱਕ ਪੁਆਇੰਟ ਐਸਾ ਆਇਆ ਕਿ ਫਾਦਰ ਨੇ ਬਿਲਕੁਲ ਕੰਮ ਕਰਨਾ ਸ਼ੁਰੂ ਬੰਦ ਕਰਤਾ। ਮਦਰ ਨੇ ਬਹੁਤ ਘਰਾਂ ਦੇ ਵਿੱਚ ਕੰਮ ਕਰਕੇ ਅਤੇ ਮਤਲਬ ਸਰਵਾਈਵਲ ਦੇ ਵਿੱਚ ਸਾਰੀ ਫੈਮਿਲੀ ਨੂੰ ਲੈ ਕੇ ਆਏ। ਕਹਿੰਦੇ ਨੇ ਕਿ ਕਿਸੇ ਪੁਆਇੰਟ 'ਤੇ ਐਸੀ ਲੜਾਈ ਹੋਈ ਆਪਸ ਵਿੱਚ ਕਿ ਮੇਰੇ ਫਾਦਰ ਨੇ ਮਦਰ ਨੂੰ ਟਿਕਟ ਕਟਾ ਕੇ ਵਾਪਸ ਭੇਜਤਾ, ਔਰ ਇੱਕ ਤਰ੍ਹਾਂ ਨਾਲ ਜ਼ਬਰਦਸਤੀ, ਜੋ ਜਿੰਨਾ ਕਿ ਇਹਨਾਂ ਨੂੰ ਯਾਦ ਹੈ, ਐਂਡ ਮੁੜ ਕੇ ਮਦਰ ਇੱਥੇ ਆ ਨਹੀਂ ਸਕੇ। ਸੋ ਉਸ ਤੋਂ ਬਾਅਦ ਫਾਦਰ ਔਰ ਇਹਨਾਂ ਦੀ ਖਾਸ ਕਦੀ ਬਣੀ ਨਹੀਂ, ਕਾਫੀ ਸਾਲਾਂ ਤੋਂ ਫਿਰ ਇਹ ਅਲੱਗ ਹੀ ਹੋ ਗਏ, ਚਲੇ ਗਏ। ਸੋ ਹੀ ਡਜ਼ਨਟ ਵਾਂਟ ਟੂ ਟਾਕ ਮੋਰ ਅਬਾਊਟ ਕਿ ਹਾਂ ਉਹਨਾਂ ਨਾਲ ਕੀ ਹੋਇਆ, ਬਟ ਅਸੀਂ ਦੇਖ ਸਕਦੇ ਹਾਂ ਕਿ ਦੇਰ ਆਰ ਇਸ਼ੂਜ਼, ਜਿਹੜਾ ਕਿ ਇੱਕ ਤਰ੍ਹਾਂ ਨਾਲ ਇੱਕ ਕੰਜੀਨੀਅਲ ਜੀ ਫੈਮਿਲੀ ਜਿਹੜੀ ਗਰੋਇੰਗ ਅਪ ਏਜਸ ਦੇ ਵਿੱਚ ਨਹੀਂ ਮਿਲੀ, ਚੇਂਜਸ ਮਿਲੇ ਉੱਥੋਂ ਦੀ, ਇੰਡੀਆ ਤੋਂ ਇੱਥੇ ਆਏ ਤਾਂ ਵੀ ਇੱਕ ਨਰਚਰਿੰਗ ਜਿਹਾ ਐਟਮੋਸਫੇਅਰ ਨਹੀਂ ਮਿਲਿਆ। ਕਹਿੰਦੇ ਨੇ ਕਿ ਹੁਣ ਕੰਟੈਕਟ ਹੈ ਪੂਰਾ ਮਾਂ ਨਾਲ, ਮਾਂ ਆ ਨਹੀਂ ਸਕਦੀ, ਮੈਂ ਪੈਸੇ ਭੇਜਦਾ, ਬਹੁਤ ਮਿਹਨਤ ਕਰਦਾ, ਬਹੁਤ ਮੇਰਾ ਫਿਕਰ ਕਰਦੀ ਹੈ, ਬਟ ਬੜੀ ਵਾਰੀ ਸੋਚਿਆ ਕਿ ਛੱਡ ਛੱਡਾ ਕੇ ਉੱਥੇ ਚਲਾ ਜਾਂ,
ਬਟ ਉਹ ਵੀ ਨਹੀਂ, ਕਿਉਂ ਉਹ ਮੈਨੂੰ ਇਹੀ ਕਹਿੰਦੇ ਨੇ ਕਿ ਨਹੀਂ ਇੱਥੇ ਆ ਕੇ ਕੀ ਕਰੇਗਾ ਉੱਥੇ, ਕਿਉਂਕਿ ਐਜੂਕੇਸ਼ਨ ਜ਼ਿਆਦਾ ਨਹੀਂ ਹੈ, ਸੋ ਆ ਕੇ ਕਰੇਗਾ ਕੀ, ਇੱਥੇ ਜਿਹੜਾ ਵੀ ਕੰਮ ਕਰ ਰਿਹਾ ਐਟਲੀਸਟ ਹੱਥ ਵਿੱਚ ਪੈਸਾ ਆ ਰਿਹਾ। ਸੋ ਰਾਈਟ ਨਾਓ ਜੋ ਕਹਿ ਰਹੇ ਹੈ ਕਿ 28 ਸਾਲ ਦੀ ਉਮਰ ਵਿੱਚ ਇਹ ਫੀਲਿੰਗ ਆਣੀ ਕਿ ਬੜਾ ਡਿਪਰੈਸਡ, ਕਿ ਮੈਂ ਕਾਫੀ ਪੀਂਦਾ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਡਰਿੰਕਿੰਗ ਇਸ਼ੂ ਹੈ, ਬਟ ਮੈਂ ਪੀਂਦਾ ਕਾਫੀ ਹਾਂ, ਬਚਾ ਕੁਛ ਨਹੀਂ ਪਾ ਰਿਹਾ। ਆਈ ਵਿਸ਼, ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਮੈਂ ਵਿਆਹਿਆ ਹੁੰਦਾ, ਆਈ ਵਿਸ਼ ਗਰਲਫ੍ਰੈਂਡ ਹੁੰਦੀ, ਆਈ ਵਿਸ਼ ਫਰੈਂਡਸ ਇਸ ਤਰ੍ਹਾਂ ਦੇ ਹੁੰਦੇ, ਔਰ ਆਈ ਵਿਸ਼ ਕਿ ਮੈਂ ਕੋਈ ਅਪਾਰਟਮੈਂਟ ਭਾਵੇਂ ਆਪਣਾ ਨਹੀਂ ਪਰ ਕਿਰਾਏ 'ਤੇ ਇਕੱਲਾ ਆਪ ਲੈ ਸਕਦਾ, ਮੇਰੇ ਕੋਲ ਇੰਨਾ ਵੀ ਅਫੋਰਡ ਨਹੀਂ ਹੁੰਦਾ ਕਿਉਂਕਿ ਅਸੀਂ ਇੱਕੋ ਜਗ੍ਹਾ 'ਤੇ ਬੜੇ ਸਾਰੇ ਬੰਦੇ ਇਕੱਠੇ ਹੋ ਕੇ ਰਹਿੰਦੇ ਹਾਂ, ਤੋ ਲਾਈਫ ਬਿਲਕੁਲ ਇੰਝ ਲੱਗਦਾ ਜਿਵੇਂ ਆਪਣੇ ਹੱਥ ਵਿੱਚ ਨਹੀਂ, ਕੀ ਕਰਾਂ, ਬਿਲਕੁਲ ਮੈਂ ਜੇ ਕਿਹੜੇ ਪਾਸੋਂ ਸ਼ੁਰੂ ਕਰਾਂ ਇਹ ਨਹੀਂ ਸਮਝ ਆਉਂਦੀ, ਸਭ ਕੁਝ ਬਦਲਣਾ ਚਾਹੁੰਦਾ ਪਰ ਕਿੱਥੋਂ ਸ਼ੁਰੂ ਕਰਾਂ ਇਹ ਨਹੀਂ ਸਮਝ ਆਉਂਦੀ, ਕੋਈ ਸਾਥ ਨਹੀਂ ਹੈ। ਆਈ ਨੋ ਇਟਸ, ਮਤਲਬ ਅਗਰ ਸੋਚੀਏ ਉਸ ਪਾਸੇ ਆਪਣੇ ਆਪ ਨੂੰ ਰੱਖ ਕੇ ਬਹੁਤ ਦਿਲ ਦੁਖਦਾ ਹੈ, ਐਂਡ ਦੂਜੇ ਪਾਸੇ ਇਹ ਵੀ ਲੱਗ ਰਿਹਾ ਕਿ ਅੱਛੀ ਗੱਲ ਹੈ ਕਿ ਇਹ ਰਿਅਲਾਈਜੇਸ਼ਨ ਆ ਗਈ ਹੈ, ਕਿਉਂਕਿ ਇਹ ਰਿਅਲਾਈਜੇਸ਼ਨ ਬੜੀ ਵਾਰੀ ਆਈ ਹੋਏਗੀ, ਆਈ ਹੋਪ ਉਹ ਕੁਝ ਪਲਾਂ ਦੀ ਰਿਅਲਾਈਜੇਸ਼ਨ ਨਹੀਂ ਹੈ, ਐਂਡ ਜੇ ਤੁਸੀਂ ਇਸ ਚੀਜ਼ ਨੂੰ ਬੈਠ ਕੇ ਲਿਖ ਸਕੇ ਹੋ ਦੈਨ ਇਟਸ ਦ ਨੈਕਸਟ ਸਟੈਪ, ਮਤਲਬ ਇਹ ਲੈਵਲ ਫਿਰ ਉਸ ਤੋਂ ਜ਼ਿਆਦਾ ਹੈ ਕਿ ਜਿਹੜੀ ਘੜੀ ਦੋ ਘੜੀ ਰਿਅਲਾਈਜੇਸ਼ਨ ਆਈ ਔਰ ਫਿਰ ਫਿਸਲ ਕੇ ਉਹ ਨਿਕਲ ਜਾਂਦੀ ਹੈ, ਡੈਫੀਨੇਟਲੀ ਉਸ ਤੋਂ ਜ਼ਿਆਦਾ ਅਗਰ ਤੁਸੀਂ ਲਿਖ ਸਕੇ ਹੋ, ਤੁਸੀਂ ਸੋਚਿਆ ਉਸ ਤੋਂ ਬਾਅਦ ਕਿਸੇ ਨਾਲ ਗੱਲ ਕੀਤੀ, ਕਿਸੇ ਨੇ ਸੁਜੈਸਟ ਕੀਤਾ, ਇਹ ਮੂਮੈਂਟਸ ਦੇ ਵਿੱਚ ਤੁਸੀਂ ਬੜੀ ਵਾਰੀ ਹੋ ਸਕਦਾ ਹੈ ਜਿਹੜਾ ਕਿ ਨਿਕਲ ਜਾਂਦਾ, ਲਿਖਣਾ ਵੀ ਰਹਿ ਜਾਂਦਾ, ਪਰ ਲਿਖਿਆ ਫਿਰ ਮੇਰੇ ਸਵਾਲਾਂ ਦਾ ਜਵਾਬ ਬਾਰ ਬਾਰ ਦੇ ਰਹੇ ਹੈ, ਸੋ ਇਟਸ ਅ ਗੁੱਡ ਸਾਈਨ, ਇਟਸ ਅ ਵੈਰੀ ਪੋਜ਼ਿਟਿਵ ਸਾਈਨ ਅਕੋਰਡਿੰਗ ਟੂ ਮੀ, ਮੈਨੂੰ ਲੱਗਦਾ ਇਹ ਬਹੁਤ ਪੋਜ਼ਿਟਿਵ ਸਾਈਨ ਹੈ। ਆਈ ਐਮ ਹੋਪਿੰਗ ਕਿ ਸਾਰੇ ਤੁਸੀਂ ਇਹਨਾਂ ਨਾਲ ਕਾਲ ਕਰੋ, ਗੱਲ ਕਰੋ ਇਹਨਾਂ ਨਾਲ ਕਿ ਕੀ ਕਰ ਸਕਦੇ ਨੇ, ਇਸ ਵੇਲੇ ਲੱਗਦਾ ਹੈ ਕਿ ਇਹ ਰੈਡੀ ਨੇ ਟੂ ਟਰਨ ਥਿੰਗਸ ਅਰਾਊਂਡ, ਬਟ ਕਿੱਥੋਂ ਕਰਨ, ਕੀ ਕਰਨ, ਕੀ ਸਲਾਹ ਦੋਗੇ ਇਹਨਾਂ ਨੂੰ। ਆਈ ਨੋ ਕਿ ਅੱਜ ਮੈਚ ਚੱਲ ਰਿਹਾ ਬੜਾ ਇੰਪੋਰਟੈਂਟ, ਐਂਡ ਯੂ ਨੋ ਸੈਮੀਫਾਈਨਲਸ, ਐਂਡ ਬੜੀ ਦੁਨੀਆ ਉਹ ਵੀ ਦੇਖ ਰਹੀ ਹੋਣੀ ਹੈ, ਬਟ ਸਟਿਲ ਆਈ ਰੀਅਲੀ ਹੋਪ ਕਿ ਤੁਸੀਂ ਸਾਰੇ, ਜੇ ਤੁਹਾਡੇ ਯੰਗਸਟਰਸ ਵੀ ਘਰ ਨੇ, 2 ਮਿੰਟ ਉਹਨਾਂ ਦੀ ਵੀ ਰਾਏ ਲੈ ਕੇ ਭਾਵੇਂ ਆਪ ਦੱਸੋ ਅਤੇ ਭਾਵੇਂ ਉਹ ਦੱਸਣ, ਪਰ ਜ਼ਰੂਰ ਇਟਸ ਵੈਰੀ ਇੰਪੋਰਟੈਂਟ ਕਿ ਕਿਉਂਕਿ ਇੱਕ ਇਹ ਰੀਚ ਆਊਟ ਕੀਤਾ ਹੈ, ਦੂਸਰਾ ਬੜਾ ਯੰਗ ਹੈ, ਇਟਸ ਅ ਹੋਲ, ਇਟਸ ਸੱਚ ਅ ਵੇਸਟ ਅਗਰ ਇਹ ਜ਼ਿੰਦਗੀ ਇਸੀ ਤਰ੍ਹਾਂ ਚਲਾਉਂਦਾ ਰਹੇ, ਐਂਡ ਯੂ ਨੋ ਐਂਡ ਥਿੰਗਸ ਆਰ ਵੈਰੀ ਪੋਜ਼ਿਟਿਵ, ਹੋ ਸਕਦਾ ਹੈ, ਕੋਈ ਐਸਾ ਨਹੀਂ ਹੈ ਕਿ ਬੜਾ ਮੁਸ਼ਕਿਲ ਹੈ, ਨਹੀਂ ਹੋ ਸਕਦਾ, ਬਹੁਤ ਇੱਕ ਉਹ ਕਹਿੰਦੇ ਨਾ ਨਿਮਕ ਦੀ ਗੱਲ ਹੈ, ਇੱਕ ਟ੍ਰਾਂਸਫਾਰਮੇਸ਼ਨ ਦੀ ਮੂਮੈਂਟ ਇਹਨਾਂ ਨੂੰ ਚਾਹੀਦੀ ਹੈ, ਐਂਡ ਸਾਰੇ ਪਿਆਰ ਨਾਲ ਇਹਨਾਂ ਦਾ ਗੱਲ ਸੁਣੀਏ ਅਤੇ ਇਹਨਾਂ ਨਾਲ ਗੱਲ ਕਰੀਏ ਅਤੇ ਜ਼ਰੂਰ ਸਭ ਕੁਝ ਹੋ ਸਕਦਾ ਹੈ। ਇੰਜ ਕਰਦੇ ਹਾਂ, ਤੁਸੀਂ ਜ਼ਰੂਰ ਸੋਚ ਕੇ ਰੱਖੋ ਕੀ ਕਹਿਣਾ ਚਾਹੁੰਦੇ ਹੋ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ।